ਗੁਰਦਾਸਪੁਰ ਵਿੱਚ ਅੱਜ ਭਾਜਪਾ ਦੇ ਵੱਲੋਂ ਇੱਕ ਰੈਲੀ ਕਰ ਕਾਂਗਰਸ ਦੀਆਂ ਨੀਤੀਆਂ ਦੇ ਖਿਲਾਫ ਮੋਰਚਾ ਖੋਲਿਆ ਗਿਆ ਸੀ, ਜਿਸ ਵਿੱਚ ਨਵੇਂ ਬਣੇ ਪ੍ਰਧਾਨ ਸ਼ਵੇਤ ਮਲਿਕ ਨੇ ਕਾਂਗਰਸ ਉੱਪਰ ਤਿੱਖੇ ਹਮਲੇ ਕੀਤੇ। ਪੰਜਾਬ ਦੀ ਜਨਤਾ ਨਾਰਾ ਦੇ ਰਹੀ ਹੈ ਕਿ ਰੋਂਦਾ ਹੈ ਪੰਜਾਬ, ਕੈਪਟਨ ਦੀ ਸਰਕਾਰ। ਇਹ ਕਹਿਣਾ ਹੈ ਭਾਜਪਾ ਦੇ ਪ੍ਰਧਾਨ ਸ਼ਵੇਤ ਮਲਿਕ ਦਾ। ਉਹਨਾਂ ਕਿਹਾ ਕਿ ਪੰਜਾਬ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਉੱਤੇ ਚੱਲ ਰਹੇ ਦਲ ਦੇ ਮਾਮਲੇ ਵਿੱਚ ਆਪਣੇ ਮੰਤਰੀ ਪਦ ਤੋਂ ਨੈਤਿਕਤਾ ਦੇ ਆਧਾਰ 'ਤੇ ਅਸਤੀਫਾ ਦੇ ਦੇਣਾ ਚਾਹੀਦਾ ਹੈ, ਲੇਕਿਨ ਉਹਨਾਂ ਨੇ ਇਸ ਤਰ੍ਹਾਂ ਨਹੀਂ ਕੀਤਾ। ਉਹਨਾਂ ਨੇ ਕਿਹਾ ਕਿ ਉਹ ਕਾਂਗਰਸ 2019 ਦੀਆਂ ਚੋਣਾਂ ਜਿੱਤਣ ਲਈ ਹਰ ਹੱਥ ਕੰਡਾ ਅਪਣਾਏਗੀ, ਲੇਕਿਨ ਭਾਜਪਾ ਕਿਸੇ ਵੀ ਪ੍ਰਕਾਰ ਦਾ ਧੱਕਾ ਸਹਿਣ ਨਹੀਂ ਕਰੇਗੀ ਤੇ 13 ਦੀਆਂ 13 ਸੀਟਾਂ ਜਿੱਤਣਗੇ। ਸਾਰੇ ਪੰਜਾਬ ਦੇ ਨਿਵਾਸੀ ਅੱਜ ਤਰਾਹੀ ਤਰਾਹੀ ਕਰ ਰਹੇ ਨੇ, ਅੱਜ ਰੋਂਦਾ ਏ ਪੰਜਾਬ ਕੈਪਟਨ ਦੀ ਸਰਕਾਰ, ਕਿ ਜਿੱਥੇ ਕੋਈ ਵਾਅਦਾ ਪੂਰਾ ਨਹੀਂ ਹੋਇਆ। ਯੂਥ ਜਿਹੜਾ ਹੈ ਉਹ ਅੱਜ ਨੌਕਰੀਆਂ ਢੂੰਡ ਰਿਹਾ, ਬੇਰੁਜ਼ਗਾਰੀ ਦੇ ਪੱਤੇ ਢੂੰਡ ਰਿਹਾ, ਮੋਬਾਈਲ ਢੂੰਡ ਰਿਹਾ, ਟੈਬਲੇਟਾਂ ਢੂੰਡ ਰਿਹਾ। ਉੱਥੇ ਹੀ ਕਿਸਾਨ ਜਿਹੜਾ ਕਿ ਸਾਰੇ ਦੁਨੀਆ ਦਾ ਅੰਨਦਾਤਾ, ਪੰਜਾਬ ਦਾ ਕਿਸਾਨ ਦੇਸ਼ ਦਾ ਅੰਨਦਾਤਾ ਹੈ, ਉਹਨੂੰ ਵੀ ਇਹਨਾਂ ਨੇ ਬੜਾ ਵੱਡਾ ਧੋਖਾ ਦਿੱਤਾ ਹੈ ਕਿ 90,000 ਕਰੋੜ ਦੇ ਕਰਜ਼ਾ ਮਾਫ਼ੀ ਦਾ ਵਾਅਦਾ ਕੈਪਟਨ ਅਮਰਿੰਦਰ ਸਿੰਘ ਜੀ ਨੇ ਮਨਮੋਹਨ ਸਿੰਘ ਜੀ ਜਿਹੜੇ ਪੂਰਵ ਪ੍ਰਧਾਨ ਮੰਤਰੀ ਦੀ ਹਾਜ਼ਰੀ 'ਚ ਕੀਤਾ, ਅਗਵਾਈ ਉਹਨਾਂ ਦੀ ਹੈ, ਔਰ ਅੱਜ ਥੋੜ੍ਹੇ ਥੋੜ੍ਹੇ ਰਾਸ਼ੀ ਦੇ ਨਾਲ ਉਹ ਲੋਕਾਂ ਕਿਸਾਨਾਂ ਨੂੰ ਗੁੰਮਰਾਹ ਕਰ ਰਹੇ ਹੈ। ਕਿਸਾਨ ਆਤਮ ਹੱਤਿਆ ਕਰ ਰਿਹਾ, ਪੰਜਾਬ ਜਲ ਰਿਹਾ, ਔਰ ਇਹ ਕਾਂਗਰਸੀ ਨੀਰੋ ਜਿਹੜੇ ਨੇ ਉਹ ਬੰਸਰੀ ਵਜਾ ਰਹੇ ਨੇ। ਸੋ ਅੱਜ ਜੋ ਮੰਤਰੀ ਮੰਡਲ ਦਾ ਵਿਸਤਾਰ ਹੈ, ਅਸੀਂ ਤੇ ਕੱਲ੍ਹ ਵੀ ਮੈਂ ਕਿਹਾ ਚੰਡੀਗੜ੍ਹ ਪ੍ਰੈਸ ਕਲੱਬ ਵਿੱਚ ਕਿ ਦਲਿਤ ਵਿਰੋਧੀ ਕਾਂਗਰਸ, ਜਿਹਨੇ ਡਾਕਟਰ ਅੰਬੇਦਕਰ ਸਾਹਿਬ ਦਾ ਵੀ ਅਪਮਾਨ ਕੀਤਾ, ਉਹਨਾਂ ਨੂੰ ਇਲੈਕਸ਼ਨ ਹਰਵਾਇਆ, ਉਹਨਾਂ ਨੂੰ ਭਾਰਤ ਰਤਨ ਨਹੀਂ ਦਿੱਤਾ, ਜਿੱਥੇ ਉਹਨਾਂ ਦਾ ਕੋਈ ਮੈਮੋਰੀਅਲ ਨਹੀਂ ਬਣਾਇਆ, ਔਰ ਉੱਥੇ ਹੀ ਦਲਿਤਾਂ ਨੂੰ ਕੇਵਲ ਵੋਟ ਬੈਂਕ ਦੀ ਤਰ੍ਹਾਂ ਵਰਤਿਆ ਔਰ ਬਾਅਦ ਵਿੱਚ ਭੁੱਲ ਗਈ। ਅੱਜ ਉਹਦਾ ਪ੍ਰਤਿਅਕਸ਼ ਉਦਾਹਰਣ ਮਿਲਿਆ ਕਿ ਜੋ ਮੰਤਰੀ ਮੰਡਲ ਵਿਸਤਾਰ ਕੀਤਾ, ਕੋਈ ਦਲਿਤ ਉਹਦੇ 'ਚ ਨਹੀਂ ਹੈ, ਕਾਂਗਰਸ ਦਾ ਚਿਹਰਾ ਬਾਹਰ ਆ ਗਿਆ। ਆਪ ਜੀ ਦੇਖ ਰਹੇ ਹੋ ਪਟਿਆਲਾ ਟੀਵੀ, ਪਟਿਆਲਾ ਟੀਵੀ ਜੋੜੇ ਆਪ ਜੀ ਨੂੰ ਸੋਹਣੇ ਪੰਜਾਬ ਅਤੇ ਦੇਸ਼ ਨਾਲ। ਹਮੇਸ਼ਾ ਦੇਖਦੇ ਰਹੋ ਪਟਿਆਲਾ ਟੀਵੀ।